ਸਤਿ ਵਿੰਦਰ ਸਿੰਘ ਪਿੰਡ ਪੰਡੋਰੀ ਦਾ ਹੀ ਹਾਂ, ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਵਾਸੀ ਹਾਂ ਅਤੇ ਮੇਰੇ ਫਾਦਰ ਸਾਹਿਬ ਅਤੇ ਹੋਰ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸਨ ਅਤੇ ਮੈਂ ਯੂਥ ਅਕਾਲੀ ਦਲ ਤੋਂ ਲੈ ਕੇ ਤਕਰੀਬਨ 35 ਕੁ ਸਾਲ ਹੋ ਗਏ ਹਨ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਾ ਆ ਰਿਹਾ ਹਾਂ। ਪਹਿਲਾਂ ਯੂਥ ਅਕਾਲੀ ਦਲ ਦਾ ਸਰਕਲ ਪ੍ਰਧਾਨ ਅਤੇ ਜ਼ਿਲ੍ਹੇ ਦਾ ਵੀ ਮੀਤ ਪ੍ਰਧਾਨ ਰਿਹਾ ਸੀ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅੱਜ ਮੈਂ ਸੀਨੀਅਰ ਮੀਤ ਪ੍ਰਧਾਨ ਹਾਂ। ਮੇਰੀ ਧਰਮ ਪਤਨੀ ਲਖਵਿੰਦਰ ਕੌਰ ਪਿੰਡ ਪੰਡੋਰੀ ਆਰਾਈਆਂ ਦੇ ਸਰਪੰਚ ਹਨ। ਮੈਂ ਆਪਣੇ ਪਿੰਡ ਦਾ ਬਹੁਤ ਧੰਨਵਾਦੀ ਹਾਂ। ਚਲੋ, ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਪਿੰਡ ਪੰਡੋਰੀ ਆਰਾਈਆਂ ਸਾਰੀ ਸਾਧ ਸੰਗਤ ਦਾ, ਜਿਨ੍ਹਾਂ ਨੇ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ ਅਤੇ ਘਰ ਵਾਲੇ ਨੂੰ ਸਰਪੰਚ ਦੇ ਪਦਵੇ ਦਿੱਤੇ ਆ। ਮੈਂ ਸਤਵਿੰਦਰ ਸਿੰਘ ਧਰਮ ਪਤਨੀ ਮੇਰੀ ਲਖਵਿੰਦਰ ਕੌਰ ਸਰਪੰਚ ਹੋਣ ਦੇ ਨਾਤੇ ਅਸੀਂ ਗ੍ਰਾਮ ਪੰਚਾਇਤ ਪੰਡੋਰੀ ਅਰਾਈਆਂ ਦੇ ਮੈਂਬਰ ਪੰਚਾਇਤ ਸਾਰੇ ਹੀ ਸੈਂਟਰ ਗੌਰਮੈਂਟ ਅਤੇ ਪੰਜਾਬ ਗੌਰਮੈਂਟ ਤੋਂ ਅਪੀਲ ਕਰਦੇ ਹਾਂ ਕਿ ਪਿੰਡ ਦਾ ਬਹੁਤ ਕੰਮ ਕਰਾਉਣ ਵਾਲਾ ਹੈ, ਕਿਰਪਾ ਕਰਕੇ ਪਿੰਡ ਨੂੰ ਗ੍ਰਾਂਟ ਦਿੱਤੀ ਜਾਵੇ ਅਤੇ ਇਹਨਾਂ ਵੀਰਾਂ ਨੂੰ ਵੀ ਭਰਾਵਾਂ ਨੂੰ ਅਸੀਂ ਸਹਿਯੋਗ ਮੰਗਦੇ ਹਾਂ ਕਿ ਸਾਡੇ ਪਿੰਡ ਦਾ ਬਹੁਤ ਕੰਮ ਕਰਾਉਣ ਵਾਲਾ ਹੈ ਜੋ ਕਿ ਕੰਮ ਕਰਵਾਇਆ ਜਾ ਸਕੇ। ਸਾਨੂੰ 14ਵੇਂ ਕਮਿਸ਼ਨ ਦੇ ਪੈਸੇ ਆਏ ਸਨ ਜਿਸ ਵਿੱਚ ਮਿਆਣੀ ਰੋਡ ਤੋਂ ਪਿੰਡ ਨੂੰ ਰਸਤਾ ਆਉਂਦਾ ਸੀ, ਉਸ ਵਿੱਚ ਤਕਰੀਬਨ 400 ਫੁੱਟ ਹੈ, ਉਹ ਸੜਕ ਹੁਣ ਬਣਵਾਈ ਗਈ ਹੈ ਅਤੇ ਇੱਕ ਰਸਤਾ ਪਿੰਡ ਦੇ ਵਿੱਚ ਹੈ, ਉਹ ਵੀ ਬਣਵਾਇਆ ਗਿਆ ਹੈ ਅਤੇ ਪਿੰਡ ਵਿੱਚ ਬਹੁਤ ਕੰਮ ਹੋਣ ਵਾਲਾ, ਜਿਸ ਵਿੱਚ ਅਜੇ ਤੱਕ ਕੱਚੀਆਂ ਸੜਕਾਂ ਹਨ ਜਿਹੜੀਆਂ ਅੱਜ ਤੱਕ ਜਿਉਂ ਦਾ ਮੇਰੇ ਖਿਆਲ ਪਾਕਿਸਤਾਨ ਤੋਂ ਹਿੰਦੁਸਤਾਨ ਬਣਿਆ ਹੈ, ਅੱਜ ਤੱਕ ਕੱਚੀਆਂ ਗਲੀਆਂ ਉਸੇ ਤਰ੍ਹਾਂ ਪਈਆਂ ਹਨ, ਬਣੀਆਂ ਨਹੀਂ ਹਨ, ਦੁਨੀਆਂ ਵੀ ਪੰਚਾਇਤਾਂ ਆਈਆਂ ਨਹੀਂ ਬਣਾਈਆਂ। ਸਾਨੂੰ ਇਹੋ ਹੀ ਗੌਰਮੈਂਟ ਵੱਲੋਂ ਅਪੀਲ ਹੈ ਭਈ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ ਅਤੇ ਪਿੰਡ ਦਾ ਵਿਕਾਸ ਕੀਤਾ ਜਾਵੇ। ਪੰਜਾਬ ਦਾ ਪਾਣੀ ਹੈ, ਜੇਕਰ ਹੋਰ ਆਪਾਂ ਕਿਸੇ ਪਾਸੇ ਵੀ ਭੇਜਣਾ ਹੈ ਤਾਂ ਸਰਕਾਰਾਂ ਨੂੰ ਉਹਦੇ ਪੈਸੇ ਲੈਣੇ ਚਾਹੀਦੇ ਹਨ ਅਤੇ ਪਾਣੀ ਦੇਣ 'ਚ ਕੋਈ ਮੁਸ਼ਕਲ ਨਹੀਂ ਆਵੇਗੀ। ਪੈਸੇ ਤਾਂ ਲੈਣੇ ਚਾਹੀਦੇ ਸਰਕਾਰ ਨੂੰ, ਪੰਜਾਬ ਸਰਕਾਰ ਨੂੰ ਪੈਸੇ ਲੈ ਕੇ ਪਾਣੀ ਦੇ ਦੇਣਾ ਚਾਹੀਦਾ। ਇੱਦਾਂ ਦੀ ਇਹ ਪਿੰਡ ਦਸੂਹੇ ਤੋਂ 2 ਕਿਲੋਮੀਟਰ ਦੂਰੀ 'ਤੇ ਹੈ ਜੋ ਕਿ ਮਿਆਣੀ ਰੋਡ 'ਤੇ ਸਥਿਤ ਹੈ, ਜੋ ਕਿ ਮਿਆਣੀ ਰੋਡ ਤੋਂ ਤਕਰੀਬਨ 400 ਫੁੱਟ ਪਿੱਛੇ ਹੈ ਅਤੇ ਇਸਦਾ ਬਹੁਤ ਮਾੜੀ ਹਾਲਤ ਹੈ ਜੋ ਕਿ ਤਰਸਯੋਗ ਹਾਲਤ ਬਣੀ ਹੋਈ ਹੈ। ਸਰਕਾਰ ਤੋਂ ਪਰ ਅਜੋਰ ਅਪੀਲ ਕੀਤੀ ਜਾਂਦੀ ਹੈ ਕਿ ਜਲਦੀ ਤੋਂ ਜਲਦੀ ਇਸ ਪਿੰਡ ਨੂੰ ਗ੍ਰਾਂਟ ਦੇ ਕੇ ਇਸ ਪਿੰਡ ਦਾ ਵਿਕਾਸ ਕੀਤਾ ਜਾਵੇ